कि मैं अगुवाई करने तैयार हैगा कि नहीं हैगा। जिहड़े मालिक ने तोरिया उन्हें किन्नी सेवा लैनी किन्नी नहीं लैनी उहदे हत्थ वस है। मनुख आप कदे दावा नहीं करता चंगा लगता हुंदा कि मैं तैयार हाँ जी, मैं लीडर हाँ कौम का। कौम के होर भी लीडर हो सकते हैं। ये नौजवान जिहड़े आए इन्हों च बड़े वड्डे लीडर अगे बनने हैं जाके। सो ये सारा कुछ वापरना है। पर जे मैं ये जरूर कहूँगा मैं कुरबानी संघर्ष करने लई तैयार हाँ। अगवाई की आ की नहीं मैनू इस गल का कोई बहुता फर्क नहीं पैंदा। अगे चलो तो जिहड़े आपां देश दे विच रह के गल कर रहे हैं जिथे आपां अगे देखदे आ जग्गी जौल वर्गे केस भी होए ने, नौजवानों नूं धार्मिक जिहड़ियां पुस्तकां ने उह रखण दे उत्ते भी उहनां दे उत्ते जवाबां वर्गे खतरनाक उहनां ते ला के उहनां दे धरामां उह जेल च ने। तुहानूं इह तां लगदा वी उह नौजवानां दे तुसीं आगू बन सकदे हो उहनां दे? अगर कोई बड़ी बदकिस्मती है सिखां दे नाल गुलामी दी हद हो गई है ਵੀ ਜੱਗੀ ਜੌਲ ਨੂੰ ਮੇਰੇ ਖਿਆਲ ਨਾਲ 5 ਸਾਲ ਹੋ ਗਏ ਤੇ ਮੁਕਦਮਾ ਹੁਣ ਸ਼ੁਰੂ ਕਰ ਰਹੇ ਨੇ ਉਹਦੇ ਤੇ। 5 ਸਾਲ ਉਹਨੂੰ ਡਿਟੇਨ ਕਰਕੇ ਕਿਡਨੈਪ ਕਰਕੇ ਰੱਖਿਆ ਹਕੂਮਤ ਨੇ ਜੀ। ਤੇ ਇਹ ਸਭ ਕੁਛ ਦੇਖ ਕੇ ਵੀ ਜੇ ਸਿੱਖਾਂ ਨੂੰ ਲੱਗਦਾ ਵੀ ਅਸੀਂ ਆਜ਼ਾਦ ਹਾਂ, ਸਾਨੂੰ ਕੋਈ ਗੁਲਾਮੀ ਨਹੀਂ। ਇੱਕ ਪਾਸੇ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰੇ ਉਹ ਮੰਤਰੀ ਵੀ ਬਣ ਜਾਂਦਾ, ਉਹਨੂੰ ਅਹੁਦੇ ਵੀ ਮਿਲ ਜਾਂਦੇ, ਸਾਰਾ ਕੁਝ ਹੋ ਜਾਂਦਾ। ਦੂਜੇ ਪਾਸੇ ਜੇ ਕੋਈ ਖਾਲਿਸਤਾਨ ਦੀ ਗੱਲ ਕਰੇ ਤੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਪਰਿਵਾਰਾਂ ਸਮੇਤ ਸੁੱਟ ਦਿੱਤਾ ਜਾਂਦਾ। ਸੋ ਇਹ ਗੁਲਾਮੀ ਆ, ਇੱਕ ਕੌਮ ਨੂੰ ਆਜ਼ਾਦੀ ਹੈਗੀ ਆ ਆਪਣੇ ਰਾਜ ਦੀ ਆਪਣੀ ਇਨਸਪੀਰੇਸ਼ਨ ਦੀ ਗੱਲ ਕਰਨ ਦੀ, ਦੂਜੀ ਕੌਮ ਨੂੰ ਨਾ ਲੈਣ ਦੀ ਇਜਾਜ਼ਤ ਨਹੀਂ। ਕੰਸਟੀਟਿਊਸ਼ਨ ਕਹਿੰਦਾ ਵੀ ਤੁਸੀਂ ਸੈਲਫ ਡਿਟਰਮੀਨੇਸ਼ਨ ਕ੍ਰਾਈਮ ਨਹੀਂ ਹੈਗਾ। ਸੁਪਰੀਮ ਕੋਰਟ ਕਹਿੰਦਾ ਵੀ ਤੁਸੀਂ ਗੱਲ ਕਰ ਸਕਦੇ ਜੋ। ਫਿਰ ਮੈਨੂੰ ਨਹੀਂ ਸਮਝ ਆਉਂਦੀ ਵੀ ਪ੍ਰਸ਼ਾਸਨ ਕਿਹੜੀ ਗੱਲ ਤੋਂ ਰਿਐਕਟ ਕਰਦਾ, ਕਿਵੇਂ ਕਰਦਾ। ਸੋ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਕੂਮਤਾਂ ਨੂੰ ਵੀ ਇੱਦਾਂ ਆਜ਼ਾਦੀ ਦੀਆਂ ਮੂਵਮੈਂਟਾਂ ਦੱਬਦੀਆਂ ਨਹੀਂ ਹੁੰਦੀਆਂ। ਵਾਇਲੈਂਸ ਚੀਜ਼ਾਂ ਨੂੰ ਦਬਾਉਂਦੀ ਨਹੀਂ, ਇੰਸਟੀਗੇਟ ਕਰ ਦਿੰਦੀ, ਹੋਰ ਵਧਾ ਦਿੰਦੀ ਹੈ। ਸਟੇਟ ਨੂੰ ਇਹ ਵਾਇਲੈਂਸ ਬੰਦ ਕਰ ਦੇਣੀ ਚਾਹੀਦੀ ਸਿੱਖਾਂ ਦੇ ਉੱਤੇ ਕੀਤੀ ਜਾ ਰਹੀ। ਇੱਕ ਬੜੀ ਸੋਹਣੀ ਸਟੋਰੀ ਉਹਨਾਂ ਨੇ ਕੀਤੀ ਹੋਈ ਹਰਪ੍ਰੀਤ ਸਿੰਘ ਕਾਲੋਂ ਉਹਨਾਂ ਨੇ ਜਵਾਬਾਂ ਤੇ, ਜਿਨ੍ਹਾਂ ਦੇ ਜਵਾਬਾਂ ਦੇ ਕੇਸ ਲੱਗੇ ਹੋਏ ਨੇ। ਉਹਨਾਂ ਦੇ ਪਰਿਵਾਰਾਂ ਨਾਲ ਤੁਹਾਡਾ ਹੁਣ ਤੱਕ ਕਦੇ ਕੋਈ ਰਾਬਤਾ ਹੋਇਆ? ਉਹਨਾਂ ਦੇ ਕੇਸਾਂ ਦੇ ਵਿੱਚ ਲੜਨ ਦੇ ਬਾਰੇ ਤੁਸੀਂ ਦੇਖੇ ਨੇ ਹਜੇ ਤੱਕ? ਦੇਖੋ ਜਿਹੜਾ ਜਿਹੜਾ ਵੀ ਸਾਡੇ ਕੋਲ ਆਇਆ ਜੀ, ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਹੈ ਵੀ ਆਪਾਂ ਚੱਲੀਏ। ਪਰ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਜਦੋਂ ਸਿੱਖਾਂ ਦੇ ਉੱਤੇ ਇੱਦਾਂ ਪਰਚੇ ਪੈਂਦੇ ਨੇ ਜਵਾਬਾਂ ਦੇ ਜਿੱਤੇ 'ਚ, ਉਹਨਾਂ ਦੀ ਮਦਦ ਕਰਨੀ, ਕਿਸੇ ਦੀ ਉਡੀਕ ਨਹੀਂ ਕਰਨੀ ਚਾਹੀਦੀ। ਇਹ ਨਹੀਂ ਵੀ ਮੈਨੂੰ ਉਡੀਕੇ ਕੋਈ ਜਾਂ ਮੈਂ ਕਿਸੇ ਨੂੰ ਉਡੀਕਾਂ। ਜਿਹੜਾ ਚੱਲ ਕੇ ਆਉਂਦਾ ਉਹਦੀ ਤਾਂ ਕਰਨੀ ਹੈ, ਜਿੱਥੇ ਪਤਾ ਲੱਗਦਾ ਵੀ ਇੱਥੇ ਹੋਣੀ ਚਾਹੀਦੀ ਹੈ ਉੱਥੇ ਵੀ ਕਰੀਦਾ। ਸੋ ਜਿਹੜੇ ਜਿਹੜੇ ਕੇਸਾਂ 'ਚ ਮੁੰਡੇ ਅੰਦਰ ਗਏ ਨੇ, ਮੈਂ ਤਾਂ ਆਪਾਂ ਹਕੂਮਤ ਕੋਈ ਉਹੀ ਮੰਗ ਰੱਖਦੇ ਹਾਂ ਵੀ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਨ ਉੱਤੇ ਕਿੰਨੇ ਜਵਾਬਾਂ ਲਾਏ ਨੇ ਅਜੇ ਤੱਕ, ਕਿੰਨੇ ਡਾਡਾ ਲਾਏ ਨੇ? ਇਹ ਜੇ ਐਕਟ ਤੁਸੀਂ ਸਿੱਖਾਂ ਲਈ ਰਾਖਵਾਂ ਬਣਾਇਆ ਤਾਂ ਇਹਦਾ ਨਾਂ ਹੀ ਦੰਦਾ ਰੱਖ ਦਿਓ। ਇਹ ਸਿੱਖਾਂ ਦੇ ਉੱਤੇ ਗੁਲਾਮੀ ਦੀ ਇੱਕ ਨਿਸ਼ਾਨੀ ਸਾਨੂੰ ਪ੍ਰਤਾਕਤ ਹੋ ਜਾਏ ਵੀ ਸਾਡੇ 'ਤੇ ਲੱਗਣਾ। ਅਤੇ ਜੇ ਹਿੰਦੁਸਤਾਨ ਦੀ ਹਕੂਮਤ ਨੂੰ ਚਾਹ ਵਾ ਜਵਾਬੇ ਲਾਉਣ ਦਾ, ਤਾਂ ਉਹ ਸਾਨੂੰ ਦੱਸਦੇ ਵੀ ਕਿੰਨੇ ਕੁ ਬੰਦਿਆਂ 'ਤੇ ਲਾ ਰਹੇ ਹਾਂ ਉਹਨਾਂ ਨੇ, ਅਸੀਂ ਬੰਦੇ ਵੀ ਭੇਜ ਦਿੰਦੇ ਹਾਂ ਲਾ ਲੈਣ, ਜੇ ਨਾ ਭਰਨੀਆਂ ਜੇ ਨਾ ਭਰ ਦਿੰਦੇ ਹਾਂ। ਸਵਾਲ ਇਹ ਹੈ ਵੀ ਸਿੱਖਾਂ ਨੂੰ ਹੈ, ਹਕੂਮਤ ਨੇ ਜੋ ਕਰਨਾ ਉਹਨੇ ਕਰੀ ਜਾਣਾ। ਸਿੱਖ ਕਿਹੜੀ ਗੱਲੋਂ ਇਹ ਮੰਨਣ ਨੂੰ ਤਿਆਰ ਨਹੀਂ ਅਜੇ ਤੱਕ ਵੀ ਸਾਡੇ 'ਤੇ ਕੋਈ ਗੁਲਾਮੀ ਨਹੀਂ? ਪਰਿਵਾਰਾਂ ਦੇ ਪਰਿਵਾਰ ਰੁਲ ਜਾਂਦੇ ਨੇ। ਹੁਣ ਕਿਸੇ ਇੰਡੀਵਿਜੁਅਲ ਬੰਦਾ ਹਰ ਇੱਕ ਦੀ ਬਾਂਹ ਵੀ ਨਹੀਂ ਫੜ ਸਕਦਾ, ਇਹ ਵੀ ਸਾਨੂੰ ਪਤਾ। ਇੱਕ ਇਕੱਲਾ ਬੰਦਾ ਕੋਈ ਇੱਕ ਪੂਰੀ ਜਥੇਬੰਦੀ ਵੀ ਨਹੀਂ ਫੜ ਸਕਦੀ ਕਿਸੇ ਦੀ ਮਾਂ, ਕੇਸ ਹੀ ਇੰਨੇ ਕਰ ਦਿੰਦੀ ਹਕੂਮਤ ਹੈ। ਹੁਣ ਸ਼ਹੀਦ ਪਰਿਵਾਰਾਂ ਦੀ ਗੱਲ ਚੱਲਦੀ ਹੈ ਤੇ ਲੱਖਾਂ ਨੌਜਵਾਨ ਸ਼ਹੀਦ ਕੀਤੇ ਸਾਡੇ, ਹੁਣ ਕਿੰਨੇ ਪਰਿਵਾਰ ਹੈ, ਕੋਈ ਕੋਈ ਕਿਵੇਂ ਮਤਲਬ ਸਾਰਿਆਂ ਦੀ ਬਾਂਹ ਫੜੂਗਾ? ਪਰ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਸਾਨੂੰ ਆਪਣੇ ਲੋਕਾਂ ਦਾ ਖਿਆਲ ਕਰਨਾ ਚਾਹੀਦਾ। ਸਾਨੂੰ ਜਿੱਥੇ ਪਿੰਡ ਹਰ ਪਿੰਡ ਦੇ ਜਿੰਨੇ ਲੋਕ ਬਾਹਰ ਗਏ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਉਹ ਆਪਣੇ ਪਿੰਡ ਨੂੰ ਹੀ ਸਾਂਭਣ। ਉਹਨਾਂ ਦੇ ਪਿੰਡ 'ਚ ਕੋਈ ਸ਼ਹੀਦ ਪਰਿਵਾਰ ਹੈ, ਜੇ ਉਹਨਾਂ ਦੇ ਪਿੰਡ 'ਚ ਕੋਈ ਲੋੜਵੰਦ ਹੈ, ਗਰੀਬ ਸਿੱਖ ਹੈ, ਉਹਦੀ ਮਦਦ ਕਰਨ। ਕਿ ਬਾਹਰ ਆਪਾਂ ਬਹੁਤ ਕੁਛ ਕਰ ਲਿਆ, ਬਾਹਰੋਂ ਕੁਛ ਨਹੀਂ ਮਿਲਣਾ। ਜਿੱਦਾਂ ਆਪਣਾ ਘਰ ਮਾੜਾ ਹੋਵੇ ਉਹਦੀ ਬਾਹਰ ਕੋਈ ਇੱਜ਼ਤ ਨਹੀਂ ਹੁੰਦੀ ਹੈ। ਜਿਹਦੇ ਆਪਣੇ ਘਰ 'ਚ ਭੁੱਖ ਪਈ ਹੋਵੇ ਤਾਂ ਬਾਹਰੋਂ ਦਾਨੀ ਬਣਦਾ, ਫਿਰ ਉਹਨੂੰ ਕੋਈ ਨਹੀਂ ਪੁੱਛਦਾ ਸਮਾਜ ਦੇ ਵਿੱਚ। ਸੋ ਇਸ ਕਰਕੇ ਜਿਹੜੀ ਆਪਾਂ ਵੈਲੀਡੇਸ਼ਨ ਲੈਣੀ ਗੁਰੂ ਤੋਂ ਲਈਏ, ਕਿਸੇ ਹੋਰ ਕੌਮ ਕੋਲੋਂ, ਕਿਸੇ ਕੋਲੋਂ ਨਾ ਲਈਏ। ਜਿਹੜੀ ਸਿੱਖ ਕੌਮ ਦੀ ਨੌਜਵਾਨੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਨੌਜਵਾਨੀ ਦਾ ਬਾਹਰ ਜਾਣ ਦਾ ਜਿਹੜਾ ਚੱਲਣਾ ਉਹ ਇੱਕ ਟਾਈਮ ਤੁਸੀਂ ਵੀ ਗਏ ਸੀਗੇ, ਉਹ ਚਾਹੇ ਰੁਜ਼ਗਾਰ ਦੀ ਭਾਲ ਦੇ ਵਿੱਚ ਹੋਵੇ, ਚਾਹੇ ਉਹ ਇੱਕ ਆਪਣਾ ਚੰਗੇ ਫਿਊਚਰ ਦੇ ਲਈ ਗਏ ਹੋਣ, ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਹਕੂਮਤ ਦੀ ਇੱਕ ਪਾਲਿਸੀ ਹੈ ਵੀ ਪਹਿਲਾਂ ਇੱਥੇ ਉਹਨਾਂ ਨੇ ਐਸਾ ਮਾਹੌਲ ਖੜਾ ਕੀਤਾ ਵੀ ਨੌਜਵਾਨ ਇੱਥੇ ਸੇਫ ਨਹੀਂ ਫੀਲ ਕਰਦਾ, ਝੂਠੇ ਪਰਚੇ ਪੈਣ ਦਾ ਡਰ ਹੈ। ਇੱਥੇ ਇੱਕ ਨਸ਼ਾ ਦਾ ਪ੍ਰਭਾਵ ਇੰਨਾ ਵਧਾ ਤਾ ਵੀ ਮਾਂ ਪਿਓ ਨੂੰ ਲੱਗਦਾ ਵੀ ਇੱਥੋਂ ਨਿਕਲ ਜਾਵੇ ਨੌਜਵਾਨ। ਦੂਜਾ, ਇੱਕ ਜਿਹੜੀ ਵਾਇਲੈਂਸ ਕੌਮਾਂ 'ਤੇ ਹੁੰਦੀ ਹੈ, ਹਿੰਸਾ, ਨਸਲਕੁਸ਼ੀ ਦੀ ਹਿੰਸਾ, ਜੈਨੋਸਾਈਡਲ ਵਾਇਲੈਂਸ ਜਿਹੜੀ ਹੈ, ਉਹ ਕੌਮਾਂ ਦੇ ਵਿੱਚ ਐਸਾ ਭਾਵ ਪੈਦਾ ਕਰ ਦਿੰਦੀ ਵੀ ਕੌਮ ਨਸ਼ੇ 'ਤੇ ਵੀ ਲੱਗ ਜਾਂਦੀ, ਕੌਮ ਕਲਚਰਲ ਜੈਨੋਸਾਈਡ ਨੂੰ ਵੀ ਆਈਡੈਂਟੀਫਾਈ ਨਹੀਂ ਕਰਦੀ, ਅਤੇ ਕੌਮ ਉੱਥੋਂ ਛੱਡ ਕੇ ਪਲਾਇਨ ਵੀ ਕਰਨਾ ਚਾਹੁੰਦੀ ਹੈ। ਇਹ ਵਾਪਰ ਚੁੱਕਾ ਯਹੂਦੀਆਂ ਨਾਲ ਵਾਪਰਿਆ, ਬੜੇ ਲੋਕਾਂ ਨਾਲ ਵਾਪਰਿਆ। ਔਰ ਦੂਜੀ ਇਹ ਹੈਗਾ ਵੀ ਇੱਥੇ ਜਿਹੜਾ ਜਿਹੜੀਆਂ ਨੌਕਰੀਆਂ ਨਿਕਲਦੀਆਂ ਨੇ, ਜਿਹੜਾ ਕੋਈ ਕਾਰੋਬਾਰ ਹੁੰਦਾ ਹੈ, ਉਹ ਸਾਰੇ ਦੇ ਉੱਤੇ ਲਿਆ ਕੇ ਬਾਹਰੋਂ ਬੰਦੇ ਬਿਠਾਏ ਜਾਂਦੇ ਆ, ਉਹਨਾਂ ਨੂੰ ਹਕੂਮਤ ਫੇਵਰ ਕਰਦੀ ਹੈ। ਉਹ ਦੋ ਚੀਜ਼ਾਂ ਕਰਦੇ ਨੇ, ਇੱਕ ਤਾਂ ਕਲਚਰਲ ਜੈਨੋਸਾਈਡ ਦਾ ਹਿੱਸਾ ਬਣਦੇ ਨੇ, ਤੁਹਾਡੇ ਇੱਥੇ ਬੋਲੀ ਪੰਜਾਬੀ ਹੈ ਸਾਡੀ, ਉਹ ਆਣ ਕੇ ਹਿੰਦੀ ਦੇ ਵਿੱਚ ਆਪਣੀ ਗੱਲਬਾਤ ਕਰਦੇ ਨੇ,
मजबूर करते हैं लोगों को भी उन्होंने हिंदी बोली जाए। जी कौम पहले ही गुलाम हो गई, वह सेंस ऑफ सिक्योर बिलोंगिंग खत्म हो जाती है, तो लगता ही नहीं है भी ये कोई गलत गल हो रही है भी असं किसी ना हिंदी बोलने लग पे जाके। सो साडे लिए जरूरी है भी पंजाब दे विच एक कानून बने कि पंजाब च कोई बाहरों बंदा आ के बस ना सके, वो जमीन ना लै सके। हिमाचल च बनिया ना कानून, बिल्कुल हुण हिमाचल के लोगों को क्यों नहीं कहता भी बड़े जालम लोग ने जी ये किसी को वंड नहीं देना चाहते। हिमाचल च कानून बनिया, पंजाब च क्यों नहीं बन सकता? पंजाब च कानून बनना चाहिए कि बाहर का बंदा इतने जमीन नहीं लै सकता, इतों का नागरिक नहीं बन सकता पंजाब का, क्योंकि जिहड़ा बंदा बाहरों हुकूमत को पोटेंशियल हैगा अपलाइन कराने का वड्डे पद्धर से माइग्रेशन इधर तुरन का 50 रुपये की टिकट, कई बंद कहते भी तो बाहर जाके वसते जो असं 50 रुपये की टिकट लैके ट्रेन से बह के नहीं बाहर चल जाते। इतों नौजवान 20-25 लाख रुपया फिर पढ़ाई करता है, फिर उत्थे टैक्स भरता है, फिर किन्ने साल बाद उतों की PR मिलती, सिटीजनशिप से बहुत दूर की गल है, उतों की हुकूमत वास्ते बिजनेस है। जो बंदा इतने आ रहा दसो पंजाब की इकोनमी की लाभ है, वो इकोनमी डिस्टर्ब तो कर रहा है, डिस्टर्ब कितना कर रहा है? बाहर बनिया मिनीमम वेज वाला सिस्टम, उत्थे घट्टो घट हर बंदे नूं तनखाह मिलनी है, इतने आने के कोई मिनीमम वेज नहीं। एक इतने जो रहने वाला नौजवान है वह खर्चा किसी भी बाहर के बंदे नालों वध है, जिहड़ा बंदा इतने वह परिवार है वो रिश्तेदारियां ने मिलने वरतने वो बंदे आते हैं, वो रेंदे ने सुते इतने मतलब बाहर तुरे फिरते होंगे कि तुम गुरुद्वारे गिरारे चल जाओ दरबार साहब उत्थे सारे ही प्रवासी सुते होंगे, इतराज नहीं, पर उन्हें जेब च तंबाकू भी होंगे, गुरुद्वारे के डस्टबिन तंबाकू पहुँचता है, कमेटी कोई ध्यान नहीं दी गल के उ। सो यह पॉलिसी के तहत उजाड़ा तो फिर प्रवास दूजे लोगों का, ता जो इतने साडा सभ्याचार ना बचे, साडा धर्म ना बचे, साडी बोली ना बचे। ये सारे पंजाबियों नूं लामबंद होकर इस कानून की मांग करनी चाहिए है। जिहड़ा आपां रोडी की स्टेज तो भी गल की सी 95% कोटा राखवां पंजाबियों दी होना चाहिए सरकारी ते गैर सरकारी नौकरियां दे विच, ਉਹ ਪੰਜਾਬੀਆਂ ਦੇ ਵਿੱਚ ਚਾਹੇ ਹਿੰਦੂ ਹੋਣ ਚਾਹੇ ਸਿੱਖ ਹੋਣ ਜਿਹੜੇ ਇੱਥੇ ਸਦੀਆਂ ਤੋਂ ਰਹਿ ਰਹੇ ਨੇ ਪੰਜਾਬੀ ਦੇ ਵਿੱਚ, ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਜਿਹੜਾ ਬੰਦਾ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਂਦਾ, ਜਿਹੜਾ ਬੰਦਾ ਆਪਣੇ ਸੱਭਿਆਚਾਰ ਨੂੰ ਪੰਜਾਬੀ ਸੱਭਿਆਚਾਰ ਮੰਨਦਾ, ਉਹ ਬੰਦਾ ਇੱਥੋਂ ਦਾ ਹੀ ਵਸਨੀਕ ਹੈ, ਉਹਨਾਂ ਇੱਥੇ ਹੀ ਰਹਿਣਾ, ਉਹਨਾਂ ਕਿਤੇ ਨਹੀਂ ਜਾਣਾ, ਠੀਕ ਹੈ। ਉਹਨਾਂ ਖਾਲਸੇ ਰਾਜ 'ਚ ਵੀ ਰਹਿਣਾ, ਉਹਨਾਂ ਦਾ ਬਰਾਬਰ ਹੱਕ ਅਧਿਕਾਰ ਹੈ, ਪਰ ਬਰਾਬਰ ਅਧਿਕਾਰ ਉਹਨਾਂ ਨੂੰ ਮਿਲਦਾ ਜਿਹੜੇ ਇਕੱਠੇ ਹੋ ਕੇ ਸੰਘਰਸ਼ ਲੜਨ। ਜੇ ਇੱਕੋ ਕੌਮ ਸੰਘਰਸ਼ ਲੜਦੀ ਫਿਰੇ ਤਾਂ ਉਹਨਾਂ ਨੇ ਫਿਰ ਦਾਅਵਾ ਕਰਨਾ ਹੀ ਹੈ ਨਾ, ਅਤੇ ਦਾਅਵਾ ਉਹਨਾਂ ਦਾ ਝੂਠਾ ਵੀ ਨਹੀਂ ਹੈਗਾ ਇਸ ਗੱਲ ਦੇ। ਆਪਾਂ ਦੇਖਦੇ ਵੀ ਪੰਜਾਬ ਦੇ ਵਿੱਚ ਜਿਹੜਾ ਡੇਰੇਵਾਦ ਆ ਉਹ ਤਾਂ ਚੱਲਣਾ ਵਧੀ ਜਾ ਰਿਹਾ, ਇਹ ਘਟਣ ਦੀ ਥਾਂ ਵਧੀ ਜਾ ਰਿਹਾ। ਉਹ ਚਾਹੇ ਆ ਪਿੱਛੇ ਜੇ ਹੁਣ ਤੁਹਾਡਾ ਫੇਰ ਬਿਆਨ ਆਇਆ ਸੁਨਾਮ ਦੇ ਵਿੱਚ ਜਿਹੜਾ ਸਰਸੇ ਵਾਲੇ ਸਾਹਿਬ ਵੱਲੋਂ ਡੇਰਾ ਬਣਾਉਣ ਦਾ ਐਲਾਨ ਕੀਤਾ ਅਤੇ ਤੁਹਾਡਾ ਉਹਦੇ ਵੱਲੋਂ ਵਿਰੋਧ ਕੀਤਾ ਗਿਆ। ਪੰਜਾਬ ਦਾ ਜਿਹੜਾ ਗਰੀਬ ਭਾਈਚਾਰਾ ਕਹਿ ਦਿਉ ਜਾਂ ਉਹ ਕਹਿ ਦਿਉ, ਉਹ ਸਿੱਖ ਧਰਮ ਤੋਂ ਦੂਰ ਕਿਉਂ ਜਾ ਰਿਹਾ? ਕੀ ਉਹ ਜਿਹੜੇ ਸਿੱਖ ਆਗੂ ਨੇ ਜਿਹੜੀ IGPC ਬਣੀ ਹੋਈ ਆ ਉਹ ਗੁਰਦੁਆਰਿਆਂ ਦਾ ਅਤੇ ਸਿੱਖਾਂ ਦਾ ਪ੍ਰਚਾਰ ਕਰਨ ਦੇ ਲਈ ਸਿੱਖ ਧਰਮ ਦਾ ਬਣੀ ਹੋਈ ਆ, ਉਹ ਆਪਣੀ ਜਿਹੜੀ ਡਿਊਟੀ ਆ ਉਹ ਸਹੀ ਤਰ੍ਹਾਂ ਨਹੀਂ ਦੇਖ ਰਹੇ? ਜਾਂ ਗਰੀਬ ਤਬਕੇ ਨੂੰ ਦੂਜੇ ਪਾਸਿਓਂ ਡੇਰਾਬਾਦ ਹੋਵੇ ਚਾਹੇ ਉਹ ਧਰਮ ਹੋਵੇ, ਉਹਨਾਂ ਵੱਲੋਂ ਲਾਲਚ ਦੇ ਕੇ ਆਪਦੇ ਚ ਸ਼ਾਮਿਲ ਕੀਤਾ? ਦੇਖੋ, ਜਿਹੜੇ ਇਸਾਈਅਤ ਦਾ ਦੁਨੀਆ ਭਰ ਦੇ ਉੱਤੇ ਪ੍ਰੈਕਟਿਸ ਰਹੀ ਹੈ, ਕ੍ਰਿਸਚਨਿਟੀ ਦੀ ਉਹ ਪ੍ਰੈਕਟਿਸ ਰਹੀ ਹੈ ਵੀ ਜਿੱਥੇ ਜਾਂਦੇ ਆ ਪਹਿਲਾਂ ਤਾਂ ਉੱਥੋਂ ਦੇ ਕਲਚਰ 'ਚੋਂ ਕੁਝ ਸ਼ਬਦ ਚੋਰੀ ਕਰਕੇ, ਜਿਵੇਂ ਪ੍ਰਭੂ ਸ਼ਬਦ ਹੈ ਜੀ, ਬਾਈਬਲ ਦੀ ਓਰੀਜਨਲ ਲੈਂਗੁਏਜ 'ਚ ਪ੍ਰਭੂ ਸ਼ਬਦ ਕਿੱਦਾਂ ਆ ਗਿਆ? ਉਹ ਤਾਂ ਗੋਡ ਹੈ, ਉਹ ਗੋਡ ਕਿਉਂ ਨਹੀਂ ਵਰਤਦੇ? ਉਹਨਾਂ ਨੂੰ ਪਤਾ ਗੋਡ ਨਾਲ ਇੱਥੇ ਕਿਸੇ ਨੇ ਜੁੜਨਾ ਨਹੀਂ। ਦੂਜੀ ਗੱਲ ਹੈ ਮੈਜੀਕਲ ਪ੍ਰੈਕਟਿਸਿਸ ਕਰਨੀਆਂ, ਮਰੇ ਬੰਦੇ ਨੂੰ ਜਿਉਂਦਾ ਕਰਨਾ, ਬਿਮਾਰੀਆਂ ਠੀਕ ਕਰਨ ਦੇ ਦਾਅਵੇ ਕਰਨੇ, ਇਹ ਸਾਰਾ ਕੁਝ ਜਿਹੜਾ ਵਾ ਇਹ ਕਰਕੇ ਇੱਕ ਬੰਦਾ ਜਿਹੜਾ ਗਰੀਬ ਹੈ ਜਿਹਦੇ ਸਿਰ 'ਤੇ ਕਰਜ਼ਾ ਉਹ ਆਸ ਲੱਭਦਾ ਫਿਰਦਾ ਹੁੰਦਾ। ਇਹ ਨਹੀਂ ਵੀ ਉਹ ਪੱਕੇ ਤੌਰ 'ਤੇ ਇਹਨਾਂ ਨੂੰ ਰਲ ਜਾਂਦਾ। ਮੈਨੂੰ ਕੱਲ੍ਹ ਨੌਜਵਾਨ ਮਿਲਿਆ ਜਿਹਦੀ ਮਾਤਾ ਦੇ ਕੋਲੋਂ ਇਹਨਾਂ ਨੇ 75 ਲੱਖ ਰੁਪਈਆ ਲੁੱਟ ਲਿਆ ਬਚਪਨ ਦੇ ਵਿੱਚ, ਵੀ ਬੱਚੇ ਨੂੰ ਕੋਈ ਬਿਮਾਰੀ ਸੀ ਉਹ ਕਹਿ ਕੇ ਕਹਿੰਦੇ ਸੀ ਵੀ ਤੈਨੂੰ ਸਵਰਗਾਂ 'ਚ ਪਲਾਟ ਬਣਾ ਕੇ ਦੇਵਾਂਗੇ, ਘਰ ਬਣਾ ਕੇ ਦੇਵਾਂਗੇ। ਹੁਣ ਉਹ ਸਿੱਖੀ 'ਚ ਮੁੜ ਕੇ ਆ ਗਏ, ਉਹ ਪ੍ਰਚਾਰ ਕਰ ਰਹੇ ਇਹਨਾਂ ਦੇ ਖਿਲਾਫ਼। ਸੋ ਇਹਨਾਂ ਬੰਦਿਆਂ ਨੇ ਇਸਾਈਅਤ ਜਿੱਥੇ ਗਈ ਹੈ ਉੱਥੇ ਉਹਨਾਂ ਨੇ ਲੋਕਾਂ ਦੀ ਨਸਲਕੁਸ਼ੀ ਕੀਤੀ ਹੈ। ਉਹ ਮਾਫ਼ੀ ਮੰਗਦਾ ਫਿਰਦਾ, ਕਾਲਿਆਂ ਤੋਂ ਮਾਫ਼ੀ ਮੰਗੀ, ਅਫਰੀਕਾ ਦੇ ਲੋਕਾਂ ਤੋਂ, ਜਿਹੜੇ ਮੂਲ ਨਿਵਾਸੀ ਅਮਰੀਕਾ ਦੇ ਕੈਨੇਡਾ ਦੇ ਬੱਚੇ ਮਾਰੇ ਸੀ ਉਹਨਾਂ ਤੋਂ ਮਾਫ਼ੀ ਮੰਗੀ, 3 ਲੱਖ ਬੱਚੇ ਨਾਲ ਸਰੀਰਕ ਸ਼ੋਸ਼ਣ ਹੋਇਆ ਉਹ ਤੋਂ ਮਾਫ਼ੀ ਮੰਗਦੇ ਫਿਰਦੇ ਆ। ਸੋ ਇਹ ਆਰਗਨਾਈਜ਼ਡ ਕ੍ਰਾਈਮ ਕਰਦੇ ਨੇ ਚਰਚ ਬਣਾ ਕੇ। ਕੋਨਵੈਂਟ ਸਕੂਲ ਦੇ ਵਿੱਚ ਮੇਰੇ ਕੋਲ ਕੁੜੀ ਆਈ, ਇੱਕ ਸਿੱਖਾਂ ਦੀ ਕੁੜੀ, ਉਹ ਕ੍ਰਿਸਚਨ ਬਣੀ ਹੈ ਜੀ। ਇੱਕ ਤਾਂ ਇੱਕ ਔਰ ਸ਼ਬਦ ਨਹੀਂ ਲਾਉਂਦੇ ਆਪਣੇ ਨਾਲੋਂ, ਗੁਰੂ ਨੇ ਦਿੱਤਾ ਕੌਰ ਸ਼ਬਦ, ਕਿਸੇ ਦੇ ਪਿਓ ਦਾ ਤਾਂ ਨਹੀਂ ਹੈਗਾ, ਪੱਗ ਕਿਹਨੇ ਦਿੱਤੀ ਹੈ? ਦਸਤਾਰ ਗੁਰੂ ਨੇ ਦਿੱਤੀ ਹੈ। ਤੁਸੀਂ ਜੇ ਕਸਮ ਬਦਲ ਲਿਆ, ਪਿਓ ਬਦਲਿਆ, ਤੇ ਫਿਰ ਉਹ ਉਹਦੇ ਵਰਗੇ ਬਣੋ ਨਾ। ਯਿਸੂ ਮਸੀਹ ਨੇ ਪੱਗ ਤੇ ਨਹੀਂ ਸੀ ਬੰਨੀ ਕਦੇ ਵੀ, ਹੈ ਤੇ ਫਿਰ ਇਸ ਕਰਕੇ ਇਹ ਕਿਉਂ ਮਤਲਬ ਸਾਡੀ ਆਇਡੈਂਟੀ ਦਾ ਮਿਸਯੂਜ਼ ਕਰਦੇ ਆ? ਹੁਣ ਕੋਈ ਬੰਦਾ ਹਿੰਦੁਸਤਾਨ ਦੀ ਫੌਜ ਛੱਡ ਕੇ ਪਾਕਿਸਤਾਨ ਦੀ ਫੌਜ ਸ਼ਾਮਿਲ ਹੋ ਜੇ, ਕਿਉਂ ਕਹਿੰਦੇ ਮੈਂ ਵਰਦੀ ਵੀ ਹਿੰਦੁਸਤਾਨ ਦੀ ਪਾਉਣੀ ਹੈ ਤੇ ਮੈਂ ਇਹ ਵੀ ਕਹਿਣਾ ਮੈਂ ਹਿੰਦੁਸਤਾਨ ਦੀ ਫੌਜ 'ਚ ਹਾਂ। ਉਹਨੇ ਆਣ ਕੇ ਮੈਨੂੰ ਜਿਹੜੀ ਗੱਲ ਦੱਸੀ ਵੀ ਕਹਿੰਦੀ ਮੈਂ ਕੋਨਵੈਂਟ ਸਕੂਲ 'ਚ ਪੜ੍ਹੀ ਹਾਂ ਤੇ ਮੈਨੂੰ ਮੂਲ ਮੰਤਰ ਨਹੀਂ ਪੜ੍ਹਾਇਆ ਕਿਸੇ ਨੇ, ਮੈਨੂੰ ਬਾਈਬਲ ਦੀ ਸਟੱਡੀ ਕਰਾਈ ਮੇਰੀ ਤੇ ਮੈਂ ਇਸ ਕਰਕੇ ਕ੍ਰਿਸਚਨ ਬਣ ਗਈ। ਹੁਣ ਜਿਹੜਾ ਬਚਪਨ 'ਚ ਬੱਚਾ ਹੈ ਛੋਟਾ, ਉਹਨੂੰ ਇੱਦਾਂ ਮੈਨੂਪੁਲੇਟ ਕੀਤਾ ਜਾਂਦਾ। ਇੱਥੇ ਇੱਕ ਘਟਨਾ ਵਾਪਰੀ ਸੀ ਪਿੱਛੇ ਜੇ, ਬੱਸ ਦਾ ਡਰਾਈਵਰ ਕੋਨਵੈਂਟ ਸਕੂਲ ਦਾ, ਉਹ ਛੋਟੇ ਬੱਚਿਆਂ ਨੂੰ ਵੈਨ ਦਾ ਡਰਾਈਵਰ ਸੀ ਲੈ ਕੇ ਜਾਂਦਾ ਸੀ, ਰਾਹ 'ਚ ਉਹਨੇ ਵੈਨ ਖੜੀ ਕਰਕੇ ਸਵਿੱਚ ਬੰਦ ਕਰਤਾ। ਉਹ ਜਦੋਂ ਬੱਚਿਆਂ ਨੂੰ ਉਹਨੇ ਕਿਹਾ ਵੀ ਖਰਾਬ ਹੋ ਗਈ ਹੈ, ਤੁਸੀਂ ਗੁਰੂ ਨਾਨਕ ਦੇ ਕੋਲ ਪ੍ਰੇ ਕਰੋ, ਅਰਦਾਸ ਕਰੋ। ਬੱਚਿਆਂ ਨੇ ਭੋਲੇ ਮਨ 'ਚ ਅਰਦਾਸ ਕੀਤੀ, ਵੈਨ ਚੱਲੀ ਨਹੀਂ। ਚਲਾਉਣੀ ਕਿੱਦਾਂ ਸੀ ਉਹਨੇ?
फिर बच्चे ने उन्हें कहा भी तुम देवी देवत्या तो प्रे करो, वो भी नहीं हुई। फिर अखीर तो कहता भी तुम यीशु मसीह को प्रे करो तो वैन चल पी चलाउणी तो ड्राइवर ने सी। हुण जिहड़ा बच्चा निर्मल हिरदा जिहदे मन दे विच मैल नहीं उहदे मन च एक घर कर गई गल भी यीशु कोल अरदास प्रवान हो जाती गुरु नानक कोल नहीं होंगी। इदां मैनिपुलेशन कॉन्वेंट स्कूलों च होंदी। मैं सिखां नूं कहना चाहुंदा अपने स्ट्रक्चर खड़े करिए, अपने वड्डे स्कूल खोलिए। कमेटी का भी फर्ज बनता है, सिखां दा फर्ज बनता है, खोलांगे कोई गल नहीं, असीं वड्डे पद्धर दे स्कूल ये खोलांगे पंजाब दे विच, पर कॉन्वेंट स्कूलों च अपने बच्चे ना पढ़ाओ। ये ना सोचो कि देखो जी फलाना टीचर वधिया है। कॉन्वेंट स्कूल दे विच दुनिया का शोषण होया है। कॉन्वेंट स्कूलों ने अमरीका कनेडा च की किया इतिहास पढ़ लो, अफरीका च कॉन्वेंट स्कूलों ने की किया इतिहास पढ़ लो। ये सारा इतिहास का की पैटर्न है कि जिहड़ी नस्ल बच्चे ने जे तुसीं बच्चे नूं बचपन च फेस नाल जोड़ दो या तोड़ दो, दोवें चीज़ां सारी उम्र नाल रहिंदियां ने। जे उन्होंने बचपन च गुरु नाल तोड़ दिता है तो फिर हुण उत्थे कॉन्वेंट स्कूलों च क्रॉस लगा है। क्रॉस किहनूं रिप्रजेंट करता है? बच्चे जाके उत्थे वेखो वेखी बचपन दे विच उह करन लग पैंदे, उन्हां दे रवायतां दा पालन करन लग पैंदे। सो इह बचाउण दा की तरीका है? जे अबदाली कोई स्कूल खोलदा सिखां नूं कहिंदा वी बच्चे अपने साडे स्कूल च पढ़ाओ, मदरसियां च पढ़ाओ, मुसलमानां दे मदरसे होंदे ने, क्रिश्चनां दे कॉन्वेंट स्कूल है, सिखां दे अपने विद्यालय ने, हिंदुआं दे अपने विद्यालय ने। जे मुसलमान कल नूं कहण भी साडे तुसीं अपने बच्चे मदरसियां च भेजोगे, नहीं भेजांगे असीं, नहीं भेजदे। हिंदू कहण भी साडे उत्थे हरिद्वार भेजो, नहीं भेजांगे। जे सानूं अपने ये कहण फिर ईसाइयां दे क्यों आपां भेज रहे हैं बच्चे अपने ईसाइयां दे स्कूल? कॉन्वेंट स्कूल दा कोई शब्द ही अर्थ भी इहो ही है, बिल्कुल। उह ईसाई नूं रिप्रेजेंट करदा, हर कॉन्वेंट स्कूल ते क्रॉस लगा होया है धार्मिक निशानी दे वजों। महाराजा रणजीत सिंह ने कॉन्वेंट स्कूल खोलण तों मना कर दिता सी, भजाया सी इन्हां नूं पादरियां नूं भी ये कम नहीं करन देना अपने राज दे विच, क्योंकि इन्हां दी कोई आबादी नहीं सी उत्थे। महाराजा रणजीत सिंह नूं पता सी आ जा के नुकसान जां सिखां दा करनगे जां हिंदुआं दा जां मुसलमानां दा। सो उन्हें इन्हां नूं भजाया सी पुठे पैरी भी नहीं तुहाडा मैं स्कूल नहीं खोलण देना। पर जदों इन्हां ने राज खत्म कीता तां इन्हां ने चर्चा खोलियां गुरुद्वारे सामने वड्डियां वड्डियां, ये चर्चा उदों बणियां। पहलां कित्थे इत्थे क्रिश्चियनिटी कदों आई? नैचुरली आ नहीं सी सकदी, विच इस्लाम दा बैरियर सी। इस्लाम ने उन्हां जंगां चलदी रही यूरोप दे विच, जिहाद उह करदे रहे, ये पहलां क्रूसेड करदे रहे। क्रूसेड दा नारा इन्हां दित्ता है। क्रूसेड दे नारे दा अर्थ ये है जंग करनी किसी कौम दे खिलाफ, ते उस जंग च बहुत कुछ जायज़ है। क्रूसेड दे नारे हेठ बहुत कुछ जायज़ है, उहदे विच ये भी जायज़ है भी किसी नूं गुलाम बना लेना जंग दे विच, धीआं भैणां दी बेपत्ती कर देना तक जायज़ है। होया वा यूरोप दे उत्ते हमले हुए, यूरोप ने वापसी हमले किए, पहला क्रूसेड होया, जिहाद होया, उहदे उल्ट ये सारा कुछ वापरिया इतिहासिक तथ्य है। सो सानू यह गल समझण की लोड़ है अज कि अज आप यह ना सोचिए भी ये बच्चों दी कबरां नहीं बना रहे, ये बच्चों को मार नहीं रहे। यह मतलब जो शरीरक शोषण नहीं कर रहे, कर भी रहे शरीरक शोषण भी बहुत थावे ते। आ बीबी की एक वीडियो सुनते सी, पास्टर एक कपड़े लवा के कहिंदा भी तुहाडे कोल प्रेयर करवाउणी है, है हुण किन्ने थावां ते घटनावां वापरदी होणगीआं। जिहड़े तर्कशील सी पंजाब दे, जिहड़े पंजाब दे मिशनरी सी, जिहड़े पंजाब दे दूजे तर्क वाले प्रचारक सी, उन्होंने डेरिया के खिलाफ तो बड़ा खुल के बोलिया कि डेरे च बंदा जी पुछा दिंदा जी मत्थे टिकाउंदा है। इन्होंने खिलाफ क्यों नहीं बोलते? क्योंकि इन्होंने सारिया की रह रल गई, इन्होंने हुकूमत चला रही है सारियां। इन्हों का मकसद तरकशील नाम रख देंगे ना भी 10 लाख का नाम देवे, इन्होंने क्यों नहीं नाम रखा पास्टर के खिलाफ अभी तक कोई है? ये मरे बंद ने जिंदा किया जा सकता है? तो अकाल पुरख कोई कृपा करे तो करे, माणी जी का प्रभाव पावे, बिनसास तो रखे, पर यह बंदा कि दावा कर सकता भी मैं करूँगा। सो इस करके इन्हों नत्त पाउण दी लोड़ है हुकूमत नूं। असीं अपना जेनोसाइड बर्दाश्त नहीं करना, ते हुकूमत इह गल समझ ले कि सिख एडे भोले नहीं कि जे जिहड़ी सिद्धी वायलेंस नूं जेनोसाइड असीं मानदे आ, ते सानूं इह वी पता वी जेनोसाइड दीआं ते नसलकुशी दीआं होर परतां की हुंदीआं, सानूं उहदी सूखमताई बारे पता है कि नसलकुशी जदों साडा बच्चा गुरु नानक दे अगे अरदास करन दी बजाए यीशु मसीह अगे अरदास करदा, साडी नसलकुशी आ, ते असीं उह नसलकुशी नूं रोकणा है। ਅੱਗੇ ਜੇ ਤਾਂ ਮੈਂ ਪਤਾ ਵੀ ਸੌਦਾ ਸਾਹ ਦੀ ਗੱਲ ਕਰੀਏ, ਉਹ ਕਹਿੰਦਾ ਮੈਂ ਪੰਜਾਬ 'ਚ ਸਲਾਮ ਚੜੇਰਾ ਬਣਾਉਣਾ, ਉਹਦਾ ਤੁਸੀਂ ਵਿਰੋਧ ਕੀਤਾ। ਸੌਦਾ ਬੰਦੀ ਸਿੰਘਾਂ ਨਾਲ ਵੀ ਆਪਾਂ ਦੇਖਦੇ ਹਾਂ, ਬੰਦੀ ਸਿੰਘਾਂ ਨੂੰ ਪਰੋਲ ਨਹੀਂ ਮਿਲਦੀ, ਉਹਨਾਂ ਦੀਆਂ ਜਿਹੜੀਆਂ ਸਜ਼ਾ ਵੀ ਪੂਰੀਆਂ ਕਰੀ ਫਿਰਦੇ ਨੇ ਉਹਨਾਂ ਨੂੰ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਬੰਦੀ ਸਿੰਘ ਨੂੰ ਸਰਸੇ ਵਾਲੇ ਸਾਹ ਨੂੰ ਪਰੋਲ ਬੜੀ ਛੇਤੀ ਦਿੰਦੀ ਆ, ਉਹ ਤਾਂ ਇੱਦਾਂ ਲੱਗਦਾ ਜਿਵੇਂ ਜੇਲ੍ਹ ਤੋਂ ਉਹਨਾਂ ਛੁੱਟੀਆਂ ਕੱਟਣ ਲਈ ਬਾਹਰੇ ਆਉਂਦਾ ਹੁੰਦਾ, ਬਾਹਰੇ ਆ ਕੇ ਉਹ ਆਪਣਾ ਸਤਸੰਗ ਵੀ ਕਰਦਾ। ਇਹ ਫਰਕ ਹੈ ਗੁਲਾਮ ਕੌਮ ਦੇ ਵਿੱਚ ਉਹਨਾਂ ਲੋਕਾਂ 'ਚ ਫਰਕ ਹੈ ਜਿਹੜੇ ਆਜ਼ਾਦ ਕੌਮ ਦੇ ਨਾਲ ਮਿਲ ਕੇ ਚੱਲਦੇ ਨੇ, ਭਾਵ ਉਹਨਾਂ ਦੇ ਗੁਲਾਮ ਬਣ ਕੇ ਚੱਲਦੇ ਨੇ। ਸਿੱਖਾਂ ਨੇ ਸਮਝੌਤਾ ਨਹੀਂ ਕੀਤਾ, ਜੇਲ੍ਹਾਂ 'ਚ ਰਹਿਣਾ ਪੈ ਰਿਹਾ। ਜੇ ਸਿੱਖ ਸਵੇਰੇ ਸਮਝੌਤਾ ਕਰ ਲੈਣ, ਉਹ ਕਹਿੰਦੇ ਆ ਵੀ ਤੁਸੀਂ ਸਿੱਖੀ ਛੱਡ ਦਿਓ, ਤੁਹਾਨੂੰ ਸੋਨੇ ਦੀਆਂ ਸੜਕਾਂ ਬਣਾ ਦਾਂਗੇ ਪੰਜਾਬ 'ਚ। ਹੁਣ ਅਸੀਂ ਵੇਖਣਾ ਵੀ ਕੀਮਤ ਕਿਹਦੀ ਵੱਡੀ, ਸਿੱਖੀ ਦੀ ਕੀਮਤ ਵੱਡੀ ਆ ਕਿ ਜੇਲ੍ਹਾਂ 'ਚ ਬਾਹਰ ਆਉਣ ਦੀ ਕੀਮਤ ਵੱਡੀ ਹੈ। ਕੌਮ ਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦਾ ਇੱਕੋ ਤਰੀਕਾ, ਕੌਮ ਲਾਮਬੰਦ ਹੋਵੇ, ਇਕੱਠੀ ਹੋਵੇ, ਪੰਜਾਬ ਦਾ ਕੋਈ ਇੱਕ ਸਿੱਖ ਨਾ ਘਰ 'ਚ ਰੁਕੇ, ਇਕੱਠੇ ਹੋ ਕੇ ਬਾਹਰ ਨਿਕਲਣ, ਨਿਕਲ ਕੇ ਕਹਿਣ ਵੀ ਸਾਡੇ ਬੰਦੇ ਛੱਡੋ, ਫਿਰ ਉਹ ਬੰਦੇ ਛੁੱਟਣੇ ਆ। ਉਨਾ ਚਿਰ ਕਾਨੂੰਨ ਦੇ ਆਪਾਂ ਦਵਾਈਆਂ ਦਿੰਦੇ, ਕਾਨੂੰਨ ਕਿਹੜਾ ਕਾਨੂੰਨ ਹੈ ਹਿੰਦੁਸਤਾਨ ਦੇ ਵਿੱਚ? ਜਦੋਂ ਵੋਟਰ ਲਿਸਟਾਂ ਵੰਡੀਆਂ ਗਈਆਂ ਸਿੱਖਾਂ ਦੇ ਕਤਲੇਆਮ ਕਰਨ ਤੋਂ ਪਹਿਲਾਂ, ਉਹ ਕਿਹੜੇ ਕਾਨੂੰਨ ਤਹਿਤ ਹੋਇਆ ਸੀ? ਕਿਹੜੇ ਕਾਨੂੰਨ ਤਹਿਤ ਦਰਬਾਰ ਸਾਹਿਬ ਦੇ ਟੰਗ ਤੋਪਾਂ ਚੜੇ ਸੀ?
ਕਿਹੜਾ ਕਾਨੂੰਨ ਐਸਾ ਵਾ ਜਿਹਦੇ ਤਹਿਤ ਸਾਡਾ ਪਾਣੀ ਲੁੱਟਿਆ ਜਾ ਰਿਹਾ, ਕਾਨੂੰਨ ਤੋੜ ਕੇ ਲੁੱਟ ਰਹੇ ਨਾ, ਰਿਪੇਰੀਅਨ ਲਾ ਨੂੰ ਤੋੜਿਆ ਜਾ ਰਿਹਾ, ਕਿਹੜੇ ਕਾਨੂੰਨ ਤਹਿਤ ਪੰਜਾਬ ਦੀ ਰਾਜਧਾਨੀ ਖੋਈ ਗਈ, ਪੰਜਾਬੀ ਬੋਲਦੇ ਜਦੋਂ ਸਾਰੀ ਹਿੰਦੁਸਤਾਨ 'ਚ ਵੰਡ ਸੂਬਿਆਂ ਦੀ ਬੋਲੀ ਦੇ ਆਧਾਰ 'ਤੇ ਹੋਈ ਆ, ਪੰਜਾਬ ਨੂੰ ਕਿੱਦਾਂ ਵੰਡ ਦਿੱਤਾ ਫਿਰ? ਸੋ ਕਾਨੂੰਨ ਤਾਂ ਸਾਡੇ ਲਈ ਕਦੀ ਉਹਨਾਂ ਨੇ ਰੱਖਿਆ ਹੀ ਨਹੀਂ ਵੀ ਕਾਨੂੰਨ ਸਿੱਖਾਂ ਵਾਸਤੇ, ਜਿਹੜਾ ਕਾਨੂੰਨ ਸਿੱਖਾਂ ਨੂੰ ਕਿਸੇ ਧਾਰੀ ਹਿੰਦੂ ਕਹਿੰਦਾ ਸੰਵਿਧਾਨ, ਉਸ ਕਾਨੂੰਨ ਨੂੰ ਅਸੀਂ ਕੀ ਮੰਨੀਏ? ਸਵਾਲ ਤਾਂ ਆ ਵੀ ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਵੀ ਕਾਨੂੰਨ ਕਿਹਨਾਂ ਨੂੰ ਪੁੱਛਣੀ ਇੱਥੇ ਹੈਗਾ ਕਾਨੂੰਨ। ਸੁਕਰਾਤ ਇੱਕ ਗੱਲ ਕਹਿੰਦਾ ਸੀ, ਸੁਕਰਾਤ ਕਹਿੰਦਾ ਸੀ ਵੀ ਕਾਨੂੰਨ ਮੱਕੜੀ ਦਾ ਜਾਲ ਹੈ, ਇਹ ਕੀੜੇ ਮਕੌੜੇ ਨੂੰ ਫੜ ਲੈਂਦਾ ਤੇ ਹਾਥੀਆਂ ਨੂੰ ਇਹਦੀ ਕੋਈ ਪਰਵਾਹ ਨਹੀਂ। ਹੁਣ ਜਿਹੜੀ ਬਹੁਗਿਣਤੀ ਕੌਮ ਦੀ ਉਹ ਹਾਥੀ ਰੂਪ 'ਚ ਵਿਚਰਦੀ ਹੈ, ਜਿਹੜੀ ਘੱਟ ਗਿਣਤੀ ਕੌਮ ਉਹ ਕੌਮ ਹੈ ਉਹ ਮਕੌੜਿਆਂ ਦੇ ਕੀੜਿਆਂ ਦੇ ਰੂਪ 'ਚ ਵਿਚਰਨ ਲੱਗ ਪੈਂਦੀ ਹੈ। ਉਹਦੇ ਲਈ ਤਾਂ ਕਾਨੂੰਨ ਹਰ ਥਾਂ 'ਤੇ ਬੰਦਿਸ਼ ਬਣ ਜਾਂਦਾ ਹੈ। ਅਸੀਂ ਸਮਾਗਮ ਕਰਨਾ ਹੋਵੇ ਉਹ ਕਹਿੰਦੇ ਪਰਮਿਸ਼ਨ ਲਓ, ਲੋਕਾਂ ਨੇ ਡੇਰੇ ਖੋਲਣੇ ਉਹਨਾਂ ਨੂੰ ਕਮਿਸ਼ਨ ਦੀ ਲੋੜ ਨਹੀਂ। ਸੋ ਇਹ ਕਰਕੇ ਗੁਲਾਮੀ ਦੀਆਂ ਇਹੋ ਨਿਸ਼ਾਨੀਆਂ ਵਾ, ਹੋਰ ਮੈਂ ਅੱਗੇ ਵੀ ਗਿਆ ਵੀ ਗੱਲ 'ਚ ਫੱਟਾ ਥੋੜ੍ਹੀ ਪਾ ਦੇਣਾ ਉਹਨਾਂ ਨੇ ਆਣ ਕੇ ਵੀ ਤੁਸੀਂ ਗੁਲਾਮ, ਜੋ ਗੁਲਾਮੀ ਗੁਲਾਮੀ ਹੁੰਦੀ ਹੈ। ਪੰਜਾਬ ਦੀ ਜਿਹੜੀ ਰਾਜਸੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਇਹਦੇ ਕਮਜ਼ੋਰ ਹੋਣ ਦੀ ਕੀ ਵਜ੍ਹਾ ਗਿਣਦੇ ਤੁਸੀਂ? ਇਹਦੇ ਕਮਜ਼ੋਰ ਹੋਣ ਦੀ ਵਜ੍ਹਾ ਸੀ ਵੀ ਖਸਮ ਦਾ ਦਰ ਛੱਡ ਕੇ ਕਿਸੇ ਹੋਰ ਦਾ ਪੱਲਾ ਫੜਿਆ ਤੇ ਹਾਲਾਤ ਉਹ ਹੋ ਗਈ ਵੀ ਧੋਬੀ ਦੇ ਕੁੱਤੇ ਵਾਲੀ ਨਾਲ ਘਰ ਦਾ ਨਾ ਘਾੜਦਾ। ਇਹ ਕਮਜ਼ੋਰ ਹੋਣ ਦੀ ਵਜ੍ਹਾ ਇਹੋ ਹੀ ਹੈ। ਸਿੱਖਾਂ ਦੀ ਪਾਰਟੀ ਸੀ ਫਿਰ ਉਹਨੂੰ ਪੰਜਾਬੀ ਪਾਰਟੀ ਬਣਾਇਆ ਗਿਆ। ਜਿਨ੍ਹਾਂ ਨੇ ਤੁਹਾਨੂੰ ਵੋਟ ਨਹੀਂ ਪਾਉਣੀ ਉਹਨਾਂ ਨੇ ਨਹੀਂ ਪਾਉਣੀ, ਤੇ ਜਿਨ੍ਹਾਂ ਨੇ ਪਾਉਣੀ ਸੀ ਉਹਨਾਂ ਦੀ ਵੀ ਗਵਾ ਲਈ। ਪੰਥਕ ਮਸਲਿਆਂ ਨੂੰ ਛੱਡਿਆ, ਹੈਂ ਪੰਥਕ ਮਸਲਿਆਂ ਨੂੰ ਛੱਡ ਕੇ ਤੇ ਤੁਸੀਂ ਉਹਨਾਂ ਦੇ ਵੱਲ ਤੁਰ ਪਏ, ਜਦੋਂ ਉਹਨਾਂ ਵੱਲ ਤੁਰੇ ਉਹਨਾਂ ਨੇ ਗੱਲ ਨਹੀਂ ਲਾਇਆ ਤੇ ਜਿਹੜੇ ਇੱਧਰ ਸੀ ਇਹ ਵੀ ਤੁਹਾਡਾ ਸਾਥ ਛੱਡ ਗਏ। ਸੋ ਇਹ ਹਰ ਸਿੱਖ ਨੂੰ ਇਹ ਸਮਝ ਲੈਣਾ ਚਾਹੀਦਾ, ਇਹਦੇ ਨਤੀਜੇ ਨੂੰ ਵੇਖਣਾ ਚਾਹੀਦਾ ਵੀ ਜੇ ਹਕੂਮਤ ਦੇ ਹੱਥ ਟੋਕੇ ਬਣੋਗੇ, ਹੱਥ ਟੋਕੇ ਦੀ ਜਿਹੜੀ ਲੱਕੜ ਹੁੰਦੀ ਹੈ ਨਾ, ਕੁਹਾੜੇ ਦੀ ਲੱਕੜ ਬਣਦਾ ਕੋਈ, ਉਹ ਕੁਹਾੜੇ ਦੀ ਲੱਕੜ ਨਾਲ ਜਦੋਂ ਜੰਗਲ ਵੱਢਿਆ ਜਾਂਦਾ ਪੂਰੇ ਦਾ ਪੂਰਾ, ਤੇ ਮਗਰੋਂ ਕੁਹਾੜੇ ਦੀ ਲੱਕੜ ਵੀ ਚੁੱਲ੍ਹੇ 'ਚ ਜਾਂਦੀ ਹੈ, ਉਹਦੀ ਵਰਤੋਂ ਖਤਮ ਹੋ ਜਾਂਦੀ ਹੈ। ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਿਹੜਾ ਵੀ ਸਿੱਖ ਹੈ ਜੇ ਸਿੱਖਾਂ ਦੇ ਹੱਕਾਂ ਨਾਲ ਸਮਝੌਤਾ ਕਰੂਗਾ, ਹੈ ਤੇ ਹਕੂਮਤ ਦਾ ਦਲਾਲ ਬਣੂਗਾ, ਤੇ ਦਲਾਲਾਂ ਦੀ ਲੋੜ ਉਹਨਾਂ ਚਿਰ ਹੁੰਦੀ ਜਿੰਨਾ ਚਿਰ ਅਗਲਾ ਧੰਦਾ ਚਲਾਉਣਾ ਹੈ। ਸੋ ਇਹ ਕਰਕੇ ਮਾਰ ਚੱਲ ਲਓ, ਜੇਲ੍ਹਾਂ ਚੱਲ ਲਓ, ਮਰ ਜਾਓ ਸਿੱਖ, ਸਿੱਖਾਂ ਨਾਲ ਗਦਾਰੀ ਨਾ ਕਰੋ, ਸਿੱਖ ਹੋ ਗਏ। ਤੁਹਾਡਾ ਅੱਗੇ ਦਾ ਫਿਊਚਰ ਪਲਾਨ ਕੀ ਹੈ? ਜਿਵੇਂ ਅੱਗੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆ ਰਹੀਆਂ ਨੇ, ਤੁਸੀਂ ਉਹਨਾਂ ਨੂੰ ਲੜੋਗੇ? ਨਹੀਂ ਦੇਖੋ, ਅਸੀਂ ਕਿਸੇ ਵੀ ਇਲੈਕਸ਼ਨ ਸਿਸਟਮ 'ਚ ਨਹੀਂ ਪੈਣਾ। ਹਾਂ ਇਹ ਆ ਵੀ ਜਿਹੜੇ ਸਿਰ ਦੇ ਸਿੱਖ ਅੱਗੇ ਹੋ ਕੇ ਲੜਨਗੇ ਉਹਨਾਂ ਦੀ ਹਿਮਾਇਤ ਕਰਾਂਗੇ, ਜਿਹੜੇ ਪੰਥਕ ਆਜ਼ਾਦੀ ਦੀ ਪੰਥ ਦੇ ਹਿੱਤਾਂ ਦੀ ਗੱਲ ਕਰਦੇ ਉਹਨਾਂ ਦੀ ਹਿਮਾਇਤ ਜ਼ਰੂਰ ਕਰਾਂਗੇ। ਔਰ ਅੱਗੇ ਦਾ ਸਾਡਾ ਇਹੋ ਹੀ ਵੇਖਦਾ ਪਲੈਨ ਹੈ ਵੀ ਅਸੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਸਿੱਖੀ ਨਾਲ ਜੋੜ ਸਕੀਏ। ਤੁਹਾਡੀ ਜਿਹੜੀ ਜਥੇਬੰਦੀ ਆਉਂਦੀ ਹੈ ਵਾਰਿਸ ਪੰਜਾਬ ਦਿਆਂ ਤੋਂ ਆਉਂਦੀ ਆ, ਦੀਪ ਸਿੱਧੂ ਦੇ ਭਰਾ ਨੇ ਮੰਗ ਰੱਖੀ ਆ ਵੀ ਦੀਪ ਸਿੱਧੂ ਦੀ ਜਿਹੜੀ ਫੋਟੋ ਆ ਉਹ ਸਿੱਖ ਅਜਾਇਬ ਘਰ 'ਚ ਲੱਗਣੀ ਚਾਹੀਦੀ ਆ, ਤੁਸੀਂ ਇਹਦੀ ਸਪੋਰਟ ਕਰਦੇ ਹੋ? ਬਿਲਕੁਲ ਜੀ, ਦੇਖੋ ਦੀਪ ਸਿੱਧੂ ਨੇ ਆਪਣੀ ਜਾਨ ਦੇ ਕੇ ਕੌਮੀ ਸੰਘਰਸ਼ ਜਿਹੜੀ ਖੜੋਤ ਆਈ ਸੀ ਉਹਨੂੰ ਤੋੜਿਆ, ਨੌਜਵਾਨੀ ਨੂੰ ਲਾਮਬੰਦ ਕੀਤਾ, ਸਿੱਖਾਂ ਦੀ ਹੱਕ ਦੀ ਗੱਲ ਡਟ ਕੇ ਕੀਤੀ ਹੈ। ਕਈ ਬੰਦੇ ਤਰਕ ਕਰਨਗੇ ਵੀ ਭਾਈ ਇਹ ਮੁੰਨਾ ਸੀ ਦੀ ਫੋਟੋ ਨਹੀਂ ਲੱਗ ਸਕਦੀ, ਉੱਥੇ ਭਾਈ ਦਿਲਾਵਰ ਸਿੰਘ ਦੀ ਤਸਵੀਰ ਲੱਗੀ ਹੈ। ਸੋ ਗੁਰੂ ਸਾਹਿਬ ਨੇ ਸੇਵਾ ਲੈਣੀ ਹੈ, ਕਿਹੜੇ ਰੂਪ 'ਚ ਲੈਣੀ ਹੈ ਉਹ ਗੁਰੂ ਸਾਹਿਬ ਜਾਣਨ। ਹਰ ਉਹ ਸਿੱਖ ਦੀ ਫੋਟੋ ਲੱਗਣੀ ਚਾਹੀਦੀ ਜਿਹੜਾ ਕੌਮੀ ਸੰਘਰਸ਼ ਕਰਦੇ ਆ, ਆਪਣੀ ਜਾਨ ਦੇ ਦਿੰਦਾ ਜਿਹਨੇ ਸੰਘਰਸ਼ ਕੀਤਾ। ਸੋ ਉੱਥੇ ਤਾਂ ਬਹੁਤ ਐਸੀਆਂ ਫੋਟੋਆਂ ਵੀ ਲੱਗੀਆਂ ਜਿਹਨਾਂ ਨੇ ਕੌਮ ਦੀ ਕੋਈ ਸੰਘਰਸ਼ ਨਹੀਂ ਕੀਤਾ, ਤੇ ਇਹ ਤੇ ਮੇਰੇ ਖਿਆਲ ਨਾਲ ਸਵਾਲ ਦੇ ਉੱਤੇ ਜਥੇਦਾਰ ਸਾਹਿਬ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਤਰਾਜ਼ ਤੇ ਉਹਨਾਂ ਨੂੰ ਹੋਵੇ ਜੇ ਕੋਈ ਪੰਥ ਵਿਰੋਧੀ ਬੰਦੇ ਦੀ ਗੱਲ ਕਰੇ, ਤੇ ਜਿਹਨੇ ਪੰਥ ਦੀ ਡਟ ਕੇ ਹਿਮਾਇਤ ਕੀਤੀ ਹੈ, ਜਿਹਨੇ ਕਾਮਰੇਡਾਂ ਦੇ ਨੈਰੇਟਿਵ ਨੂੰ ਭੰਨਿਆ, ਜਿਹਨੇ ਪੰਜਾਬ ਦੇ ਵਿੱਚ ਜਦੋਂ ਕਿਤੇ ਬੇਅਦਬੀ ਦਾ ਸੋਧਾ ਲੱਗਾ ਤੇ ਇਹ ਨਹੀਂ ਸੋਚਿਆ ਵੀ ਹਵਾ ਕਿੱਧਰ ਦੀ ਵਗਦੀ ਹੈ, ਡਟ ਕੇ ਗਿਆ ਵੀ ਇਹ ਠੀਕ ਹੋਇਆ, ਉਸ ਬੰਦੇ ਦੀ ਉਹਦੇ ਬੰਦੇ ਦੀ ਫੋਟੋ ਲੱਗਣੀ ਚਾਹੀਦੀ ਹੈ। ਨੌਜਵਾਨਾਂ ਨੂੰ ਅੱਗੇ ਯਾਦ ਰੱਖਣਾ ਚਾਹੀਦਾ ਵੀ ਇਹ ਕੋਈ ਸਾਡੇ ਲਈ ਕੋਈ ਨੌਜਵਾਨ ਹੋਇਆ ਸੀ ਜਿਹਨੇ ਸਾਡੀ ਆਵਾਜ਼ ਚੁੱਕੀ ਹੈ। ਜਾਂਦੇ ਹੋਏ ਮੇਰਾ ਲਾਸਟ ਸਵਾਲ ਉਹ ਵੀ, ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੇਰਾ ਨੌਜਵਾਨਾਂ ਨੂੰ ਇਹੋ ਸੰਦੇਸ਼ ਹੈ ਵੀ ਆਪਾਂ ਬਹੁਤ ਦਰ ਦਰ ਦੇ ਟੋਕਰ ਖਾ ਕੇ ਦੇਖ ਲਈਏ, ਆਪਾਂ ਦਰ ਦਰ ਦੇ ਭੀਖ ਮੰਗ ਕੇ ਵੇਖ ਲਈਏ, ਅਸੀਂ ਹੱਥ ਅੱਡੇ ਥਾਂ ਥਾਂ ਤੇ ਜਾ ਕੇ ਕਿਤੇ ਨੇ ਸਾਨੂੰ ਕਿਸੇ ਨੇ ਖੈਰ ਨਹੀਂ ਪਾਈ। ਖੋਇਆ ਕਿਉਂ? ਕਿਉਂਕਿ ਅਸੀਂ ਆਪਣੇ ਮਾਲਕ ਦਾ ਦਰ ਛੱਡਿਆ, ਗੁਰੂ ਦਾ ਦਰ ਛੱਡ ਗਏ, ਅਸੀਂ ਇੱਧਰ ਉੱਧਰ ਭਟਕੇ ਹਾਂ, ਗੁਰੂ ਤੋਂ ਬੇਮੁੱਖ ਹੋਏ ਹਾਂ, ਬੇਮੁੱਖ ਹੋਣ ਕਰਕੇ ਸਾਡੇ ਤੇ ਖੁਆਰੀ ਆ ਗਈ ਹੈ। ਸੋ ਇਹ ਤਰੀਕਾ ਹੀ ਇਹ ਵਾ ਵੀ ਆਪਾਂ ਮਹਾਰਾਜ ਜੇ ਲੜ ਲਈਏ ਭੈਣਾਂ।